ਸਕੂਲੀ ਬੱਚਿਆਂ ਦੇ ਨਾਲ ਭਰੇ ਹੋਏ ਆਟੋ ਦੀ ਟੱਕਰ ਆ ਜਿਹੜੀ ਉਹ ਗੱਡੀ ਦੇ ਨਾਲ ਹੋਈ ਆ, ਜਿਸ ਕਰਕੇ ਆਟੋ ਆ ਜਿਹੜਾ ਉਹ ਮੌਕੇ ਤੇ ਹੀ ਪਲਟ ਜਾਂਦਾ ਤੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ 12 ਸਕੂਲੀ ਬੱਚੇ ਸਵਾਰ ਹੁੰਦੇ ਨੇ, ਉਹ 12 ਦੇ 12 ਬੱਚੇ ਨੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ। ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਆ ਜਿਹੜਾ ਉਹ ਕਰਵਾਇਆ ਗਿਆ, ਜਿੱਥੇ ਕਈ ਬੱਚਿਆਂ ਦੇ ਤਾਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ, ਕਈ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਇੱਕ ਬੱਚੇ ਦੀ ਹਾਲਤ ਆ ਜਿਹੜੀ ਉਹ ਨਾਜ਼ੁਕ ਦੱਸੀ ਜਾ ਰਹੀ ਆ। ਤਾਂ ਬਠਿੰਡਾ ਦੇ ਵਿੱਚ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਆਟੋ ਸੜਕ ਦੇ ਵੱਲ ਮੁੜ ਰਿਹਾ ਹੁੰਦਾ ਤਾਂ ਪਿੱਛੋਂ ਇੱਕ ਗੱਡੀ ਆ ਰਹੀ ਹੁੰਦੀ ਆ ਜਿਹੜੀ ਕਿ ਉਸ ਆਟੋ ਨੂੰ ਟੱਕਰ ਮਾਰ ਦਿੰਦੀ ਆ। ਟੱਕਰ ਇੰਨੀ ਜ਼ਿਆਦਾ ਭਿਆਨਕ ਮਾਰੀ ਜਾਂਦੀ ਆ ਕਿ ਜਿਹੜਾ ਇਹ ਆਟੋ ਸੀ ਉਹ ਮੌਕੇ 'ਤੇ ਹੀ ਪਲਟ ਜਾਂਦਾ ਅਤੇ ਇਸ ਦੇ ਵਿੱਚ 12 ਬੱਚੇ ਸਵਾਰ ਸਨ ਜਿਹੜੇ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਤਾਂ ਉੱਥੇ ਹੀ ਜਿਹੜੇ ਚਸ਼ਮਦੀਦ ਸੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਇਹ ਆਟੋ ਸੀ ਇਹ ਮੁੜ ਰਿਹਾ ਹੁੰਦਾ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਆਈ, ਗੱਡੀ ਸਿੱਧੀ ਆ ਕੇ ਇਸ ਆਟੋ ਦੇ ਨਾਲ ਟਕਰਾ ਜਾਂਦੀ ਆ ਕਿਉਂਕਿ ਗੱਡੀ ਦੀ ਰਫ਼ਤਾਰ ਜ਼ਿਆਦਾ ਹੁੰਦੀ ਆ ਅਤੇ ਗੱਡੀ ਆ ਜਿਹੜੀ ਉਹ ਕੰਟਰੋਲ ਦੇ ਵਿੱਚ ਨਹੀਂ ਹੁੰਦੀ, ਜਿਸ ਕਰਕੇ ਇਹਨਾਂ ਦੀ ਟੱਕਰ ਹੋ ਜਾਂਦੀ ਆ। ਟੱਕਰ ਜਦੋਂ ਹੁੰਦੀ ਆ ਤਾਂ ਜਿਹੜਾ ਆਟੋ ਆ ਉਹ ਨਾਲ ਦੀ ਨਾਲ ਹੀ ਪਲਟ ਜਾਂਦਾ। ਆਟੋ ਦਾ ਹਾਲ ਆ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਹੋ, ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਾਫੀ ਜ਼ਬਰਦਸਤ ਇਹ ਟੱਕਰ ਹੋਈ ਆ। ਤਾਂ ਜਿਹੜਾ ਆਟੋ ਸੀ ਉਹ ਬੁਰੀ ਤਰ੍ਹਾਂ ਚੱਕਣਾ ਚੂਰ ਆ ਜਿਹੜਾ ਉਹ ਹੋ ਚੁੱਕਿਆ, ਨਾਲ ਹੀ ਜਿਹੜੀ ਉਹ ਗੱਡੀ ਸੀ ਉਸਦਾ ਵੀ ਕਾਫੀ ਜ਼ਿਆਦਾ ਨੁਕਸਾਨ ਰਿਹਾ। ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ, ਪਰ ਮਾਲੀ ਨੁਕਸਾਨ ਆ ਜਿਹੜਾ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ, ਜਿੱਥੇ ਆਟੋ ਦੇ ਪਰਖੱਚੇ ਤੱਕ ਨੇ ਜਿਹੜੇ ਉੱਡ ਚੁੱਕੇ ਨੇ, ਜਿਹੜੀ ਗੱਡੀ ਆ ਉਹ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਆ। ਤਾਂ ਜਿਹੜੇ ਜ਼ਖਮੀ ਬੱਚੇ ਸੀ ਉਹਨਾਂ ਨੂੰ ਨਾਲ ਦੀ ਨਾਲ ਹੋਸਪਿਟਲ ਦੇ ਵਿੱਚ ਭਰਤੀ ਆ ਜਿਹੜਾ ਉਹ ਕਰਵਾ ਦਿੱਤਾ ਜਾਂਦਾ, ਜਿੱਥੇ ਉਹਨਾਂ ਦਾ ਇਲਾਜ ਆ ਜਿਹੜਾ ਉਹ ਚੱਲ ਰਿਹਾ। ਤਾਂ 12 ਬੱਚੇ ਦੱਸੇ ਜਾ ਰਹੇ ਨੇ, 12 ਬੱਚਿਆਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਆ ਜਿਹੜਾ ਉਹ ਕਰਵਾਇਆ ਜਾ ਰਿਹਾ। ਤਾਂ 12 ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ। ਤਾਂ ਜਿਵੇਂ ਹੀ ਛੁੱਟੀ ਹੁੰਦੀ ਆ ਤਾਂ ਆਟੋ ਦੇ ਵਿੱਚ ਇਹ ਬੱਚੇ ਬੈਠਦੇ ਨੇ, ਬੱਚੇ ਬੈਠ ਕੇ ਤਾਂ ਜਦੋਂ ਇਹ ਬਠਿੰਡਾ ਦੇ 100 ਫੁੱਟਾ ਰੋਡ ਦੇ ਉੱਪਰ ਪਹੁੰਚਦੇ ਨੇ ਤਾਂ ਆਟੋ ਮੁੜਨ ਲੱਗਦਾ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਆ ਰਹੀ ਹੁੰਦੀ ਆ। ਤਾਂ ਗੱਡੀ ਸਿੱਧੀ ਆ ਕੇ ਇਸ ਆਟੋ ਨੂੰ ਟੱਕਰ ਮਾਰ ਦਿੰਦੀ ਆ ਅਤੇ ਜਿਹੜਾ ਇਹ ਆਟੋ ਆ ਉਹ ਸੜਕ ਦੇ ਉੱਪਰ ਪਲਟ ਜਾਂਦਾ ਅਤੇ ਜਿਹੜੇ ਇਸ ਦੇ ਵਿੱਚ ਬੱਚੇ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ। ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਆ ਜਿਹੜਾ ਉਹ ਕਰਵਾ ਦਿੱਤਾ ਗਿਆ। ਬਾਈ ਜੀ, ਅਸੀਂ ਐਕਸੀਡੈਂਟ ਹੋਣ ਤੋਂ ਬਾਅਦ ਆਏ ਹਾਂ ਇੱਥੇ, ਬਾਅਦ 'ਚ ਪਤਾ ਲੱਗਿਆ ਵੀ ਉੱਧਰੋਂ ਫੋਰਚੂਨਰ ਤੇਜ਼ ਆ ਰਹੀ ਸੀਗੀ, ਆਟੋ ਵਾਲਾ ਕ੍ਰੋਸ ਕਰਨ ਲੱਗਾ ਸੀਗਾ ਅਤੇ ਉਹ ਤੇਜ਼ ਸੀਗੀ, ਉਹਦੀ ਸਪੀਡ ਹੌਲੀ ਹੋਈ ਨਹੀਂ, ਉਹਨੇ ਆਟੋ ਦੇ ਵਿੱਚ ਮਾਰੀ, ਬੱਚੇ ਜ਼ਖਮੀ ਹੋਏ ਆ। ਪਰ ਅੱਧਾ ਘੰਟਾ ਹੋ ਗਿਆ, ਹਜੇ ਤੱਕ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਇੱਥੇ ਪਹੁੰਚਿਆ ਗਾ, ਐਂਬੂਲੈਂਸ ਮੈਕਸ ਹਸਪਤਾਲ 'ਚ ਆ ਗਿਆ। ਬੱਚਿਆਂ ਦਾ ਜੀ ਅੱਡੋ ਅੱਡ ਲੈ ਗਏ ਸੀ ਹਸਪਤਾਲ 'ਚ ਚੱਕ ਕੇ ਸਾਡੇ ਆਉਣ ਤੋਂ ਪਹਿਲਾਂ, ਕੁਛ ਡਾਕਟਰ ਕੌਸ਼ਲ ਦੇ ਲੈ ਗਏ ਸੀ, ਕੁਛ ਇੱਥੇ ਸੀਗੇ। ਬੱਚਿਆਂ ਦੀ ਗਿਣਤੀ ਬਾਰੇ ਨਹੀਂ ਪਤਾ ਕਿੰਨੇ ਗਾ, ਉਹ 10-12 ਤਾਂ ਹੋਣਗੇ ਹੀ, ਪੱਕਾ ਨਹੀਂ ਪਤਾ ਕਿੰਨਾ। ਸਾਡੇ ਆਉਣ ਤੋਂ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਇੱਥੇ, ਪੁਲਿਸ ਨਹੀਂ ਪਹੁੰਚੀ? ਨਹੀਂ, ਪੁਲਿਸ ਦਾ ਅੱਧਾ ਘੰਟਾ ਹੋ ਗਿਆ, ਅੱਧੇ ਤੋਂ ਜ਼ਿਆਦਾ 40 ਮਿੰਟ ਹੋ ਚੱਲੇ, ਪਰ ਹਜੇ ਤੱਕ ਨਾ ਕੋਈ PCR ਨਾ ਪੁਲਿਸ ਵਾਲੇ ਕੋਈ ਨਹੀਂ ਆਏ ਗਏ। ਆਹ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਪਬਲਿਕ ਕਿੰਨੇ ਆ, ਐਂਬੂਲੈਂਸ ਮੈਕਸ ਹਸਪਤਾਲ ਤੋਂ ਵੀ ਆ ਗਈਆਂ, ਸਹਾਰਾ ਵਾਲਿਆਂ ਦੀਆਂ ਆ ਗਈਆਂ ਅਤੇ ਨੌਜਵਾਨਾਂ ਦੀਆਂ ਆ ਗਈਆਂ। ਉਹ ਬੱਚਿਆਂ ਨੂੰ ਲੈ ਗਿਆ ਹਸਪਤਾਲਾਂ 'ਚ, ਚੱਕ ਕੇ ਵੀ ਲੈ ਗਏ ਆ, ਪਰ ਪੁਲਿਸ ਤਾਂ ਹਜੇ ਤੱਕ ਵੀ ਤੁਸੀਂ ਦੇਖ ਰਹੇ ਹਾਂ ਵੀ ਕੋਈ ਵੀ ਨਹੀਂ ਆਏਗੀ। ਠੀਕ ਆ ਤੁਸੀਂ, ਇੱਥੇ ਐਕਸੀਡੈਂਟ ਹੋ ਗਿਆ ਸਰ ਜੀ, ਆਪਣਾ 100 ਫੁੱਟ ਰੋਡ 'ਤੇ ਜੀ, ਮੈਂ ਸਾਹਮਣੇ ਰੋਟੀ ਖਾਈ ਜਾਂਦਾ ਸੀਗਾ, ਉੱਧਰੋਂ ਆਟੋ ਰਿਹਾ ਸੀ, ਸੜਕ ਪਾਰ ਕਰ ਰਿਹਾ ਸੀਗਾ, ਉੱਧਰੋਂ ਗੱਡੀ ਤੇਜ਼ ਆ ਰਹੀ ਸੀਗੀ ਜੀ, ਉਹ ਆਟੋ ਦੇ ਵਿੱਚ ਵੱਜ ਗਈ ਜੀ, ਬੱਚਿਆਂ ਦੀ ਸੱਟਾਂ ਬਹੁਤ ਹੈ ਜੀ। ਹਾਂਜੀ, ਹਰਪ੍ਰੀਤ ਸਿੰਘ ਜੀ, ਕੀ ਹੋਇਆ, ਕਿਸ ਤਰ੍ਹਾਂ ਹੋਇਆ? ਸਰ ਉਹ ਮੈਂ ਬੱਚੇ ਸਕੂਲ ਦੇ ਲੈ ਕੇ ਧੋਬੀਆਣਾ ਜਿਹੜਾ ਉਹ 100 ਫੁੱਟੀ ਰੋਡ 'ਤੇ ਕੱਟ ਹੈ
ਉੱਥੋਂ ਥੋੜਾ ਜਿਹਾ ਘੱਟ ਤੋਂ ਮੈਂ ਦਸਮੇਸ਼ ਸਕੂਲ ਦੇ ਨੇੜੇ, ਹਾਂਜੀ ਕਿਹੜਾ ਸੀਗਾ, ਹਾਂਜੀ ਸੀ ਕਿਹੜੇ ਸਕੂਲ ਦੇ ਨੇੜੇ, ਦਸਮੇਸ਼ ਸਕੂਲ ਦੇ ਜਿਹੜਾ ਧੋਬੀ ਵਾਲਾ ਰੋਡ ਨੂੰ ਘੱਟ ਨਿਕਲਦਾ, ਉਸ ਘੱਟ ਤੋਂ ਅੱਗੇ ਕੱਢਣ ਵਾਸਤੇ ਗੱਡੀ ਅੱਗੇ ਤੋਂ ਤੋਰੀ, ਉੱਧਰੋਂ ਬਲੈਰੋ ਪੂਰੀ ਤੇਜ਼ ਆ ਰਿਹਾ ਸੀ, ਉਸ ਤੋਂ ਪੈਟਰੋਲ ਨਹੀਂ ਹੋਈ, ਉਹਨੇ ਵਿੱਚ ਮਾਰੀ ਗੱਡੀ ਲਿਆ ਕੇ ਜੀ। ਉੱਥੇ ਜਿੰਨੇ ਲੋਕ ਖੜੇ ਆ ਸਾਹਮਣੇ ਦੇਖਿਆ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਕਿੰਨੇ ਬੱਚੇ ਸੀ ਤੁਹਾਡੇ? ਹਾਂਜੀ ਕਿੰਨੇ ਬੱਚੇ ਤੁਹਾਡੇ? ਮੇਰੇ ਨਾਲ 12 ਕੁ ਬੱਚੇ ਸੀ। ਸਰ ਕੀ ਨਾਮ ਆ ਤੁਹਾਡਾ? ਸਰ ਮੇਰਾ ਨਾਮ ਯਾਮਰ ਗੰਗ ਹੈ ਜੀ, ਮੈਂ ਨੌਜਵਾਨ ਵਰਕਰ ਸਟੱਡੀ ਦਾ ਵਲੰਟੀਅਰ ਹਾਂ। ਸਾਡੇ ਐਮਰਜੈਂਸੀ ਨੰਬਰ 9724-6007 'ਤੇ ਸੂਚਨਾ ਮਿਲੀ ਸੀ ਕਿ ਦਸ਼ਮੇਸ਼ ਸਕੂਲ ਦੇ ਕੋਲ ਬੱਚੇ ਕਾਫੀ ਜ਼ਖਮੀ ਨੇ, ਸੀਰੀਅਸ ਹਾਲਤ ਦੇ ਵਿੱਚ ਨੇ। ਤਾਂ ਸਾਡੀ ਐਂਬੂਲੈਂਸ ਟੀਮ ਨੇ ਯਾਮਰ ਗੰਗ ਨੇ ਮੌਕੇ 'ਤੇ ਜਾ ਕੇ ਦੇਖਿਆ, ਜੋ ਕਿ ਆਟੋ ਨੂੰ ਫੋਰਚੂਨਰ ਗੱਡੀ ਨੇ ਹਿੱਟ ਕੀਤਾ ਸੀ, ਜੋ ਕਿ ਚੱਕਣਾ ਚੋਰ ਹੋ ਗਿਆ, ਬੱਚਿਆਂ ਦਾ ਚਿੱਕ ਝਗਾੜਾ ਪਿਆ ਹੋਇਆ ਸੀ। ਅਤੇ ਨੇੜੇ ਤੇੜੇ ਦੇ ਹਸਪਤਾਲਾਂ ਨੇ ਹੈਲਪ ਕੀਤੀ, ਜੋੜਾ ਹਸਪਤਾਲ, ਢਿੱਲੋ ਹਸਪਤਾਲ, ਉੱਥੇ ਬੱਚਿਆਂ ਦਾ ਕੁਛ ਅੱਜ ਤੱਕ ਫਸਟ ਏਡ ਦਿੱਤੀ ਗਈ। ਇਸ ਤੋਂ ਬਾਅਦ ਨੌਜਵਾਨ ਸਾਡੀ ਦੀ ਟੀਮ ਨੇ ਆਟੋ ਡਰਾਈਵਰ ਨੂੰ ਅਤੇ ਬੱਚੇ ਨੂੰ ਚੱਕ ਕੇ ਫਟਾਫਟ ਸਿਵਲ ਹਸਪਤਾਲ ਪਾਇਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ। ਕਿੰਨੇ ਬੱਚੇ ਜ਼ਖਮੀ? ਬੱਚੇ 10 ਤੋਂ 12 ਬੱਚੇ ਜ਼ਖਮੀ ਹੈ ਜੀ। ਇਹ ਜੀ ਜੇ ਆਪਾਂ ਕਰਕੇ ਭਾਗੋ ਰੋਡ ਦੇ ਨੇੜੇ ਹੋਇਆ ਕਿ ਦਸਮੇਸ਼ ਸਕੂਲ ਦੇ ਨੇੜੇ? ਇਹ ਦਸਮੇਸ਼ ਸਕੂਲ ਦੇ ਨੇੜੇ ਹੋਇਆ ਜੀ, ਬੋਰਡ 'ਤੇ ਜੀ।